ਦੋਸਤੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਐਂਤਨ ਚੈਖਵ ਦੀ ਲਿਖੀ ਕਹਾਣੀ ਦੀ ਨਿਨਕਮ ਪੂਪ ਦਾ ਪੰਜਾਬੀ ਅਨੁਵਾਦ ਕਮਜ਼ੋਰ। ਕੁਝ ਦਿਨ ਪਹਿਲਾਂ ਦੀ ਗੱਲ ਹੈ, ਮੈਂ ਆਪਣੇ ਬੱਚਿਆਂ ਦੀ ਗਵਰਨਸ ਜੂਲੀਆ ਨੂੰ ਆਪਣੇ ਸਟੱਡੀ ਰੂਮ ਵਿੱਚ ਬੁਲਾਇਆ ਤੇ ਕਿਹਾ, ਬੈਠ ਜੂਲੀਆ, ਮੈਂ ਤੇਰੀ ਤਨਖਾਹ ਦਾ ਹਿਸਾਬ ਕਰਨਾ ਚਾਹੁੰਦਾ ਹਾਂ। ਮੇਰੇ ਖਿਆਲ ਤੈਨੂੰ ਪੈਸਿਆਂ ਦੀ ਜ਼ਰੂਰਤ ਹੋਵੇਗੀ, ਤੇ ਜਿੰਨਾ ਮੈਂ ਤੈਨੂੰ ਹੁਣ ਤੱਕ ਜਾਣ ਸਕਿਆ ਹਾਂ, ਮੈਨੂੰ ਲੱਗਦਾ ਏ ਤੂੰ ਆਪਣੇ ਆਪ ਤਾਂ ਕਦੇ ਪੈਸੇ ਮੰਗੇਗੀ ਨਹੀਂ, ਇਸ ਲਈ ਮੈਂ ਖੁਦ ਤੈਨੂੰ ਪੈਸੇ ਦੇਣੇ ਚਾਹੁੰਦਾ ਹਾਂ। ਹਾਂ ਤਾਂ ਦੱਸੋ, ਤੁਹਾਡੀ ਤਨਖਾਹ ਕਿੰਨੀ ਤੈਅ ਹੋਈ ਸੀ? 30 ਰੂਬਲ ਮਹੀਨਾ ਤੈਅ ਹੋਈ ਸੀ ਨਾ? ਜੀ ਨਹੀਂ, 40 ਰੂਬਲ ਮਹੀਨਾ, ਜੂਲੀਆ ਨੇ ਮਰੀਅਲ ਆਵਾਜ਼ ਵਿੱਚ ਕਿਹਾ। ਨਹੀਂ ਭਾਈ, 30, ਮੈਂ ਡੈਰੀ ਵਿੱਚ ਨੋਟ ਕਰ ਰੱਖਿਆ ਏ, ਮੈਂ ਬੱਚਿਆਂ ਦੀ ਗਵਰਨੈਂਸ ਨੂੰ ਹਮੇਸ਼ਾ 30 ਰੂਬਲ ਮਹੀਨਾ ਹੀ ਦਿੰਦਾ ਆਇਆ ਹਾਂ। ਅੱਛਾ, ਤਾਂ ਤੈਨੂੰ ਸਾਡੇ ਇੱਥੇ ਕੰਮ ਕਰਦੇ ਹੋਏ ਕਿੰਨੇ ਦਿਨ ਹੋ ਗਏ? 2 ਮਹੀਨੇ ਹੋਏ ਨੇ ਨਾ? ਜੀ ਨਹੀਂ, 2 ਮਹੀਨੇ 5 ਦਿਨ। ਕੀ ਕਹਿ ਰਹੀ ਏ, ਠੀਕ 2 ਮਹੀਨੇ ਹੋਏ ਨੇ। ਭਾਈ ਮੈਂ ਡੈਰੀ 'ਚ ਸਭ ਨੋਟ ਕਰ ਰੱਖਿਆ ਏ। ਤਾਂ 2 ਮਹੀਨੇ ਦੇ ਬਣਦੇ ਨੇ 60 ਰੂਬਲ। ਲੇਕਿਨ 60 ਰੂਬਲ ਉਦੋਂ ਬਣਨਗੇ ਜਦੋਂ ਮਹੀਨੇ ਵਿੱਚ ਇੱਕ ਵੀ ਨਾਗਾ ਨਾ ਹੋਵੇ। ਤੂੰ ਐਤਵਾਰ ਨੂੰ ਤਾਂ ਛੁੱਟੀ ਮਨਾਈਏ, ਐਤਵਾਰਾਂ ਨੂੰ ਤਾਂ ਕੋਈ ਕੰਮ ਨਹੀਂ ਕੀਤਾ, ਕੋਲੀਆ ਨੂੰ ਸਿਰਫ ਘੁਮਾਉਣ ਲੈ ਗਈ ਸੀ। ਇਸ ਦੇ ਇਲਾਵਾ ਤੂੰ 3 ਛੁੱਟੀਆਂ ਹੋਰ ਲਈਆਂ ਨੇ। ਜੂਲੀਆ ਦਾ ਚਿਹਰਾ ਪੀਲਾ ਪੈ ਗਿਆ। ਉਹ ਵਾਰ ਵਾਰ ਆਪਣੀ ਡਰੈਸ ਦੀਆਂ ਸਿਲਵੱਟਾਂ ਠੀਕ ਕਰ ਰਹੀ ਸੀ, ਇੱਕ ਸ਼ਬਦ ਵੀ ਨਾ ਬੋਲੀ। ਹਾਂ ਤਾਂ 9 ਐਤਵਾਰ ਤੇ 3 ਛੁੱਟੀਆਂ, ਯਾਨੀ 12 ਦਿਨ ਕੰਮ ਨਹੀਂ ਹੋਇਆ। ਮਤਲਬ ਇਹ ਕਿ ਤੇਰੇ 12 ਰੂਬਲ ਕੱਟ ਗਏ। ਉੱਧਰ ਕੋਲੀਆ 4 ਦਿਨ ਬਿਮਾਰ ਰਿਹਾ ਤੇ ਤੂੰ ਸਿਰਫ ਤਾਨੀਆਂ ਨੂੰ ਹੀ ਪੜ੍ਹਾਇਆ। ਪਿਛਲੇ ਹਫ਼ਤੇ ਸ਼ਾਇਦ 3 ਦਿਨ ਸਾਡੇ ਦੰਦਾਂ 'ਚ ਦਰਦ ਰਿਹਾ ਤੇ ਮੇਰੀ ਬੀਵੀ ਨੇ ਤੈਨੂੰ ਦੁਪਹਿਰ ਬਾਅਦ ਛੁੱਟੀ ਦੇ ਦਿੱਤੀ ਸੀ। ਤਾਂ ਇਸ ਤਰ੍ਹਾਂ ਤੁਹਾਡੇ ਕਿੰਨੇ ਨਾਗੇ ਹੋ ਗਏ? 12 ਤੇ 7 19, ਤੁਹਾਡਾ ਹਿਸਾਬ ਹੁਣ ਕਿੰਨਾ ਬਣ ਰਿਹਾ ਹੈ? 41। 41 ਰੂਬਲ ਠੀਕ ਹੈ ਨਾ? ਜੂਲੀਆ ਦੀਆਂ ਅੱਖਾਂ ਵਿੱਚ ਅੱਥਰੂ ਛਲਛਲਾ ਆਏ। ਉਹ ਹੌਲੀ ਜਿਹੇ ਖੰਘੀ, ਬਾਅਦ ਵਿੱਚ ਆਪਣਾ ਨੱਕ ਪੂੰਝਿਆ, ਲੇਕਿਨ ਉਹਦੇ ਮੂੰਹੋਂ ਇੱਕ ਵੀ ਸ਼ਬਦ ਨਾ ਨਿਕਲਿਆ। ਹਾਂ, ਇੱਕ ਗੱਲ ਤਾਂ ਮੈਂ ਭੁੱਲ ਗਿਆ ਸੀ, ਮੈਂ ਡੈਰੀ 'ਤੇ ਨਜ਼ਰ ਮਾਰਦੇ ਹੋਏ ਕਿਹਾ, 1 ਜਨਵਰੀ ਨੂੰ ਤੂੰ ਚਾਹ ਦੀ ਪਲੇਟ ਤੇ ਪਿਆਲੀ ਤੋੜ ਦਿੱਤੀ ਸੀ। ਪਿਆਲੀ ਦਾ ਮੁੱਲ ਤਾਂ ਤੈਨੂੰ ਪਤਾ ਹੀ ਹੈ, ਮੇਰੀ ਕਿਸਮਤ 'ਚ ਤਾਂ ਹਮੇਸ਼ਾ ਨੁਕਸਾਨ ਝੱਲਣਾ ਹੀ ਲਿਖਿਆ ਏ। ਚਲੋ ਮੈਂ ਉਸਦੇ 2 ਰੂਬਲ ਹੀ ਕੱਟੂੰਗਾ। ਹੁਣ ਵੇਖ, ਤੈਨੂੰ ਆਪਣਾ ਕੰਮ ਤਾਂ ਧਿਆਨ ਨਾਲ ਕਰਨਾ ਚਾਹੀਦਾ ਹੈ ਨਾ? ਉਸ ਦਿਨ ਤੂੰ ਧਿਆਨ ਨਹੀਂ ਰੱਖਿਆ ਤੇ ਤੇਰੀ ਨਜ਼ਰ ਬਚਾ ਕੇ ਕੋਲੀਆ ਦਰਖਤ 'ਤੇ ਚੜ੍ਹ ਗਿਆ ਤੇ ਉੱਥੇ ਫਸ ਕੇ ਉਹਦੀ ਜੈਕਟ ਫਟ ਗਈ। ਉਹਦੀ ਭਰਪਾਈ ਕੌਣ ਕਰੇਗਾ? ਤਾਂ 10 ਰੂਬਲ ਉਹਦੇ ਕੱਟ ਗਏ। ਤੇਰੀ ਇਸ ਲਾਪਰਵਾਹੀ ਦੇ ਕਾਰਨ ਸਾਡੀ ਨੌਕਰਾਣੀ ਨੇ ਤਾਨੀਆਂ ਦੇ ਨਵੇਂ ਜੁੱਤੇ ਚੁਰਾ ਲਏ। ਹੁਣ ਵੇਖੋ ਭਾਈ, ਤੁਹਾਡਾ ਕੰਮ ਬੱਚਿਆਂ ਦੀ ਦੇਖਭਾਲ ਕਰਨਾ ਹੈ, ਇਸੇ ਕੰਮ ਦੇ ਤਾਂ ਤੈਨੂੰ ਪੈਸੇ ਮਿਲਦੇ ਨੇ। ਤੂੰ ਆਪਣੇ ਕੰਮ ਵਿੱਚ ਢਿੱਲ ਕਰੇਂਗੀ ਤਾਂ ਪੈਸੇ ਤਾਂ ਕੱਟਣੇ ਹੀ ਪੈਣਗੇ। ਮੈਂ ਕੋਈ ਗਲਤ ਤਾਂ ਨਹੀਂ ਕਹਿ ਰਿਹਾ ਨਾ? ਤਾਂ ਜੁੱਤੀਆਂ ਦੇ 5 ਰੂਬਲ ਹੋਰ ਕੱਟ ਗਏ। ਤੇ ਹਾਂ, 10 ਜਨਵਰੀ ਨੂੰ ਮੈਂ ਤੈਨੂੰ 10 ਰੂਬਲ ਦਿੱਤੇ ਸਨ। ਜੀ ਨਹੀਂ, ਤੁਸੀਂ ਮੈਨੂੰ ਕੁਝ ਨਹੀਂ ਦਿੱਤਾ, ਜੂਲੀਆ ਨੇ ਦੱਬੀ ਆਵਾਜ਼ ਵਿੱਚ ਕਿਹਾ। ਤਾਂ ਕਿ ਮੈਂ ਝੂਠ ਬੋਲ ਰਿਹਾ? ਮੈਂ ਡੈਰੀ 'ਚ ਹਰ ਚੀਜ਼ ਨੋਟ ਕਰ ਲੈਂਦਾ ਹਾਂ, ਤੈਨੂੰ ਭਰੋਸਾ ਨਹੀਂ ਤਾਂ ਦਿਖਾਵਾਂ ਡੈਰੀ? ਜੀ ਨਹੀਂ, ਤੁਸੀਂ ਕਹਿ ਰਹੇ ਹੋ ਤਾਂ ਦਿੱਤੇ ਹੀ ਹੋਣਗੇ। ਦਿੱਤੇ ਹੀ ਹੋਣਗੇ ਨਹੀਂ, ਦਿੱਤੇ ਨੇ, ਮੈਂ ਕਠੋਰ ਆਵਾਜ਼ ਵਿੱਚ ਬੋਲਿਆ। ਤਾਂ ਠੀਕ ਹੈ, ਘਟਾਓ 41 ਵਿੱਚੋਂ 27, ਬਚੇ 14। ਕਿਉਂ, ਹਿਸਾਬ ਠੀਕ ਹੈ ਨਾ? ਉਸਦੀਆਂ ਅੱਖਾਂ ਹੰਝੂਆਂ ਨਾਲ ਭਰ ਉੱਠੀਆਂ। ਉਸਦੇ ਸਰੀਰ 'ਤੇ ਮੁੜਕਾ ਛਲਛਲਾ ਆਇਆ। ਉਸਦੀ ਆਵਾਜ਼ ਕੰਬਣ ਲੱਗੀ ਤੇ ਉਹ ਹੌਲੀ ਜਿਹੇ ਬੋਲੀ, ਮੈਨੂੰ ਅੱਜ ਤੱਕ ਸਿਰਫ 1 ਵਾਰ ਕੁਝ ਪੈਸੇ ਮਿਲੇ ਨੇ ਤੇ ਉਹ ਵੀ ਤੁਹਾਡੀ ਪਤਨੀ ਨੇ ਦਿੱਤੇ ਸੀ, ਸਿਰਫ 3 ਰੂਬਲ, ਜ਼ਿਆਦਾ ਨਹੀਂ, ਸਿਰਫ 3 ਰੂਬਲ। ਅੱਛਾ, ਮੈਂ ਹੈਰਾਨੀਜਨਕ ਆਵਾਜ਼ ਵਿੱਚ ਪੁੱਛਿਆ, ਤੇ ਏਡੀ ਵੱਡੀ ਗੱਲ ਤੂੰ ਮੈਨੂੰ ਦੱਸੀ ਵੀ ਨਹੀਂ ਤੇ ਨਾ ਹੀ ਤੇਰੀ ਮਾਲਕਣ ਨੇ ਮੈਨੂੰ ਦੱਸਿਆ? ਵੇਖੋ, ਹੋ ਜਾਂਦਾ ਨਾ ਅਨਰਥ। ਖੈਰ, ਮੈਂ ਇਸ ਨੂੰ ਵੀ ਡੈਰੀ ਵਿੱਚ ਨੋਟ ਕਰ ਲੈਂਦਾ ਹਾਂ। ਹਾਂ ਤਾਂ 14 ਵਿੱਚੋਂ 3 ਹੋਰ ਘਟਾ ਦਿਓ, ਇਸ ਤਰ੍ਹਾਂ ਤੇਰੇ ਬਚਦੇ ਨੇ 11 ਰੂਬਲ। ਲੈ ਭਾਈ, ਇਹ ਰਹੀ ਤੇਰੀ ਤਨਖਾਹ, ਇਹ 11 ਰੂਬਲ, ਵੇਖ ਲੈ, ਠੀਕ ਹੈ ਨਾ? ਜੂਲੀਆ ਨੇ ਕੰਬਦੇ ਹੱਥਾਂ ਨਾਲ 11 ਰੂਬਲ ਲੈ ਲਏ ਤੇ ਆਪਣੀ ਜੇਬ ਟਟੋਲ ਕੇ ਕਿਸੇ ਤਰ੍ਹਾਂ ਉਹਨਾਂ ਨੂੰ ਉਸ ਵਿੱਚ ਠੂਸ ਲਿਆ ਤੇ ਹੌਲੀ ਹੌਲੀ ਵਿਨੀਤ ਆਵਾਜ਼ ਵਿੱਚ ਬੋਲੀ, ਜੀ ਧੰਨਵਾਦ। ਮੈਂ ਗੁੱਸੇ ਨਾਲ ਅੱਗ ਬਬੂਲਾ ਹੋਣ ਲੱਗਾ
कमरे विच टहलदे हुए मैं गुस्से भरी आवाज विच उसनू कहा, धन्नवाद किस गल दा? तुसी मैनू पैसे दित्ते ने इसलिए धन्नवाद। हुण मेरे तो रेहा ना गया, मैं उच्ची आवाज विच लगभग चीखदे हुए कहा, तू मैनू धन्नवाद कह रही है जदों कि तू चंगी तरह जानदी है कि मैं तैनू ठग लिया है, तैनू धोखा दिता है, तेरे पैसे हड़प करके तेरे नाल बेइंसाफी कीती है, इहदे बावजूद तू मैनू धन्नवाद कह रही है। जी हाँ, इस तो पहला मैं जिथे जिथे काम किया उन्हां लोकां ने तां मैनू एक पैसा तक नहीं दिता, तुसी घट्टो घट कुछ दे तां रहे हो। मेरे क्रोध ते ठंडे पानी दे छिट्टे मारदे होए उसने कहा, जूलिया उन्हां लोकां ने तैनू एक भी पैसा नहीं दिता, मैनू ये गल सुन के जरा भी अचरज नहीं हो रहा। मैं कहा, फिर आवाज़ माध्यम करके मैं बोलिया, जूलिया मैनू इस गल लई माफ़ कर देना कि मैं तेरे नाल एक छोटा जिहा क्रूर मजाक किया, पर मैं तैनू सबक सिखाउणा चाहुंदा सी। वेख जूलिया, मैं तेरा एक भी पैसा नहीं कट्टूंगा, वेख ये तेरे 80 रूबल रखे हुए ने, मैं तैनू हुणे दिंदा हाँ, लेकिन इस तो पहला मैं तैनू कुछ पुछना चाहांगा। जूलिया, कि यह जरूरी है कि इंसान भला कहाए जाने लई इन्ना दब्बू ते बोधा बन जावे कि उस दे नाल जो बेइंसाफी हो रही होवे वह उसका विरोध तक ना करे, बस चुप चाप सारियां ज्यादतियां सहिंदा जावे। नहीं जूलिया, ये गल ठीक नहीं, इस तरह खामोश रहन नाल काम नहीं चलेगा, अपना वजूद बनाए रखने लई तैनू इस संसार नाल लड़ना पवेगा। ये ना भुल कि बिना मंगया संसार विच्चों कुछ नहीं मिलता। जूलिया ने यह सब कुछ सुनिया ते फिर चुप चाप चली गई। मैं उसनू जानदे हुए वेख्या ते सोचिया, इस दुनिया विच कमजोर लोकां नू डरा लेना किन्ना आसान है।